ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਸੂਬੇ ਦੇ ਨਾਲ-ਨਾਲ ਦੇਸ਼ ਦੇ ਵਿੱਚ ਵੀ ਕਰੋਨਾ ਦਾ ਕਹਿਰ ਲਗਾਤਾਰ جاری ਹੈ ਜਿਸ ਦੌਰਾਨ ਹੁਣ ਗੱਲਾਂ ਬਾਤਾਂ ਇਹ ਸ਼ੁਰੂ ਹੋ ਚੁੱਕੀਆਂ ਨੇ ਕਿ ਕਿਤੇ ਨਾ ਕਿਤੇ ਹਸਪਤਾਲਾਂ ਦੇ ਵਿੱਚ ਆਕਸੀਜਨ ਦੀ ਕਮੀ ਪਾਈ ਜਾ ਰਹੀ ਹੈ ਜਾਂ ਜਿਹੜੇ ਬੈੱਡ ਦੀ ਸਮਰੱਥਾ ਉਹ ਘਟਦੀ ਜਾ ਰਹੀ ਹੈ ਅਸਵਲੇ ਅਸੀਂ ਜਲੰਧਰ ਦੇ ਸਿਵਲ ਸਰਜਨ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਲੰਧਰ ਦੇ ਵਿੱਚ ਸਥਿਤੀ ਕੀ ਹੈ ਕਿੰਨੇ ਕੇਸ ਆ ਰਹੇ ਨੇ ਔਰ ਆਕਸੀਜਨ ਮਿਲ ਪਾ ਰਹੀ ਹੈ ਮਰੀਜ਼ਾਂ ਨੂੰ ਜਾਂ ਨਹੀਂ ਮਿਲ ਪਾ ਰਹੀ ਮੇਰੇ ਨਾਲ ਸਿਵਲ ਸਰਜਨ ਜੀ ਮੌਜੂਦ ਨੇ ਸਰ ਕੀ ਸਥਿਤੀ ਕੀ ਹੈ ਕਰੋਨਾ ਦੀ ਕਿਉਂਕਿ ਬਹੁਤ ਸਾਰੀਆਂ ਅਫਵਾਹਾਂ ਇਹ ਫੈਲ ਰਹੀਆਂ ਨੇ ਕਿ ਆਕਸੀਜਨ ਦੀ ਕਮੀ ਹੈ ਬੱਡਾਂ ਦੀ ਸਮਰੱਥਾ ਪੂਰੀ ਨਹੀਂ ਹੈ ਕੀ ਸਥਿਤੀ ਹੈ ਸਰ ਤੁਹਾਡੇ ਜ਼ਿਲ੍ਹਾ ਜਲੰਧਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸਾਡੇ ਕੋਲ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਬੈਡ অকਪੈਂਸੀ 284 ਬੈਡ ਆ ਦੋਨਾਂ ਦਾ ਸਿਰਫ ਤਕਰੀਬਨ 50 ਦੇ L2 ਦੇ ਤੇ ਭਰੇ ਹੋਆ 56 ਜਿਹੜੇ ਸਾਡੇ ਕੋਲ L3 ਆ ਉਹਦੇ ਤੋਂ 30 ਆ 26 ਖਾਲੀ ਪਏ ਆ ਜੀ ਤੇ ਆਕਸੀਜਨ ਦੀ ਸਾਡੇ ਆਪਣਾ ਮੈਨੂਫੈਕਚਰ ਅੰਦਰੋਂ ਦੀ 130 ਰੁਪਏ ਦੀ ਡਿਲੀ ਉਹ ਕਰਦੇ ਆ ਤੇ ਬਾਕੀ 414 16 ਸਾਡੇ ਕੋਲ ਸਿਲੰਡਰ ਆ ਤੇ ਸਾਡੀ ਜਿਹੜੀ ਡਿਮਾਂਡ ਅੰਦਰ ਕੋਈ ਸ਼ੋਰਟੇਜ ਨਹੀਂ ਪੂਰੀ ਜੀ ਔਰ ਸਰ ਟੈਸਟਿੰਗ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਆਊਟਡੋਰ ਟੈਸਟਿੰਗ ਚੱਲ ਰਹੀ ਹੈ ਉਹਦੇ ਵਿੱਚ ਜੇਕਰ ਬੰਦਾ ਪੋਜ਼ਿਟਿਵ ਆ ਜਾਂਦਾ ਤੇ ਉਸ ਨੂੰ ਕਿਸ ਤਰ੍ਹਾਂ ਕਰਿਆ ਆਈਸੋਲੇਟ ਕਰ ਦਿੰਦੇ ਹੋ ਜਾਂ ਸਿਵਲ ਹਸਪਤਾਲ ਰੈਫਰ ਕਰਨਾ ਪੈਂਦਾ ਆ ਮੋਸਟਲੀ ਪੇਸ਼ੈਂਟ ਜਿਹੜੇ ਆ ਉਹਨਾਂ ਦੇ ਵਿੱਚ ਘਰਾਂ ਦੇ ਵਿੱਚ ਆਈਸੋਲੇਟ ਕੀਤਾ ਜਾਂਦਾ ਕਿਉਂਕਿ ਉਹਨਾਂ ਦੇ ਕੋਈ ਇੰਨੇ ਸਿੰਪਟਮ ਨਹੀਂ ਸਵੀਅਰ ਨਹੀਂ ਸਿੰਪਟਮ ਦੇ ਜਿਹੜੇ 60 ਪਲੱਸ ਤੋਂ ਉੱਤੇ ਜਾਂ ਕੋਮੋਰਬਿਡਿਟੀ ਵਾਲੇ ਜਿਹਨਾਂ ਨੂੰ ਕੋਈ ਤਕਲੀਫ ਆ ਤਾਂ ਉਹ ਮਰੀਜ਼ ਐਲ 2 ਫੈਸਿਲਿਟੀ ਦੇ ਉੱਤੇ ਦਾਖਲ ਕੀਤੇ ਜਾਂਦੇ ਆ ਜੀ ਔਰ ਸਰ ਵੈਕਸੀਨੇਸ਼ਨ ਦੀ ਗੱਲ ਕਰੀਏ ਤਾਂ ਕਿੰਨੀ ਕਿ ਵੈਕਸੀਨੇਸ਼ਨ ਆ ਜਿਹੜੀ ਡੇਲੀ ਬੇਸਿਸ ਤੇ ਦਿੱਤੀ ਜਾ ਰਹੀ ਹੈ ਅ ਵੈਕਸੀਨ ਸਾਡੇ ਲਗਭਗ ਸਾਨੂੰ ਜੰਨੀ ਮਿਲੀ 3,25,000 ਦੇ ਕਰੀਬ ਮਿਲੀ ਸੀ ਉਹਦੇ ਵਿੱਚੋਂ 3 ਲੱਖ ਦੇ 15 18 ਦੇ ਦਿਨ ਲੱਗ ਗਏ ਆ 7000 ਸਾਡੇ ਕੋਲ ਅਜੇ ਸੀ ਉਹ ਅਜੇ ਲੱਗ ਜਾਣੇ ਆ ਤੇ 50 ਹਜ਼ਾਰ ਸਾਨੂੰ ਅੱਜ ਵੈਕਸੀਨ ਥੋਂ ਚੰਡੀਗੜ੍ਹ ਤੋਂ ਮਿਲ ਰਹੀ ਆ ਤੇ ਉਹ ਸ਼ਾਮ ਤੱਕ ਪਹੁੰਚ ਜੂਗੀ ਜੀ ਔਰ ਜਲੰਧਰ ਸਿਵਲ ਹਸਪਤਾਲ ਦੀ ਸਰ ਗੱਲ ਕਰੀਏ ਤਾਂ ਟੋਟਲ ਕਿੰਨੀ ਆਪਣੇ ਕੋਲ ਸਮਰੱਥਾ ਹੈਗੀ ਆ ਕਿੰਨੇ ਕ ਪੇਸ਼ੈਂਟ ਜਿਹੜੇ ਆ ਇੱਥੇ ਰੱਖ ਸਕਦੇ ਆ ਕੋਵਿਡ ਦੇ ਔਰ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਕੇਸ ਵਧਦੇ ਨੇ ਤਾਂ ਇਸ ਵਾਸਤੇ ਆ ਜਿਹੜਾ ਐਜ਼ ਤੁਸੀਂ ਆਫੀਸਰ ਕੀ ਉਧਰ ਤੇ ਕਾਰਵਾਈ ਕਰ ਰਹੇ ਹੋ ਮੈਂ ਦੱਸਿਆ ਪਹਿਲੇ ਦੱਸਿਆ ਹੈ ਕਿ ਸਾਡੇ ਕੋਲ 284 ਬੈੱਡ ਦੀ ਸਮਰੱਥਾ ਇਸ ਵੇਲੇ L2 ਦੇ ਤੇ ਜਿਹਦੇ ਸਿਰਫ 50 ਭਰੇ ਹੈ ਬਾਕੀ ਸਭ ਖਾਲੀ ਆ L3 ਸਾਡੇ ਕੋਲ 56 ਬੈੱਡ ਹੈ ਜਿਹਦੇ ਵਿੱਚੋਂ ਸਿਰਫ 30 ਭਰੇ 26 ਖਾਲੇ ਆ ਜੇ ਲੋਡ ਪਈ ਤਾਂ 284 ਤੋਂ ਵੱਧ ਬੈੱਡ ਹੋਰ ਸਾਡੇ ਕੋਲ ਅਵੇਲੇਬਿਲਟੀ ਹੈਗੇ ਅਸੀਂ ਉਹਨੂੰ ਹੋਰ ਵਧਾ ਸਕਦੇ ਆ ਜੀ ਪਰ ਸਰ ਜਿੱਦਾਂ ਸੋਸ਼ਲ ਮੀਡੀਆ ਤੇ ਜਾਂ ਹੋਰ ਬਹੁਤ ਸਾਰੀਆਂ ਚਰਚਾਵਾਂ ਇਹ ਛੜੀਆਂ ਹੋਈਆਂ ਨੇ ਕਿ ਆਕਸੀਜਨ ਦੀ ਕਮੀ ਆ ਤੁਸੀਂ ਕਲੀਅਰ ਕਰ ਦਿੱਤਾ ਕਿ ਜਲੰਧਰ ਦੇ ਵਿੱਚ ਖਾਸ ਕਰਕੇ ਆਕਸੀਜਨ ਦੀ ਕਮੀ ਨਹੀਂ ਹੈ ਅਪੀਲ ਕੀ ਕਰਨਾ ਚਾਹੋਗੇ ਕਿਉਂਕਿ ਲੋਕ ਨਾ دہشت ਦੇ ਵਿੱਚ ਨੇ ਰੂਮਰਸ ਬੋਰ ਫੈਲ ਰਹੇ ਨੇ ਕੀ ਅਪੀਲ ਕਰਨੀ ਲੋਕਾਂ ਨੂੰ ਪੈਨਿਕ ਨਹੀਂ ਹੋਣਾ ਚਾਹੀਦਾ ਜਦੋਂ ਵੀ ਚੀਜ਼ ਦੀ ਕੋਈ ਹੁੰਦੀ ਹੈ ਕਾਲਾ ਬਾਜ਼ਾਰੀ ਸ਼ੁਰੂ ਹੋ ਜਾਂਦੀ ਹੈ ਲੋਕ ਨਿਮਾਨ ਨੂੰ ਵੱਧ ਸਟੋਰ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਉਹਦਾ ਇਸ ਕਰਕੇ ਕੋਈ ਇਦਾਂ ਨਹੀਂ ਕੋਈ ਪ੍ਰੋਬਲਮ ਆਕਸੀਜਨ ਦੀ ਕੋਈ ਕਮੀ ਨਹੀਂ ਸਭ ਸਰਕਾਰ ਨੇ ਪਹਿਲਾਂ ਹੀ ਕੋਵਿਡ ਮਰੀਜ਼ਾਂ ਨੂੰ ਹਰ ਤਰ੍ਹਾਂ ਦੀ ਆਕਸੀਜਨ ਸਪਲਾਈ ਕਰ ਲਈ ਇੰਡਸਟਰੀ ਨੂੰ ਬੰਦ ਕੀਤੀ ਆ ਇਲੈਕਟਿਵ ਸਰਜਰੀਆਂ ਸਾਰੀਆਂ ਅਗਲੇ ਹੁਕਮਤ ਤੱਕ ਪੋਸਟਪੋਨ ਕੀਤੀਆਂ ਗਈਆਂ ਇਸ ਕਰਕੇ ਕਿਸੇ ਇਸੇ ਤਰ੍ਹਾਂ ਕਿਸੇ ਵੀ ਤਰ੍ਹਾਂ ਪੈਨਿਕ ਹੋਣ ਦੀ ਲੋੜ ਨਹੀਂ ਸਭ ਚੀਜ਼ਾਂ ਅਵੇਲੇਬਲ ਹੈ ਜੀ ਪਰ ਸਰ ਕੇਸ ਤਾਂ ਵੱਧ ਰਹੇ ਨੇ ਪਰ ਡੈਥ ਰੇਸ਼ਿਓ ਜਰੂਰ ਆਪਾਂ ਸ਼ੇਅਰ ਕਰਦੇ ਕਿ ਕੀ ਡੈਥ ਰੇਸ਼ਿਓ ਖਾਸ ਕਰਕੇ ਜਲੰਧਰ ਦੇ ਵਿੱਚ ਸਾਡੇ ਕੋਲ ਹੁਣ ਅਸੀਂ ਬਹੁਤ 2.72 ਤੇ ਆ ਗਏ ਤਿੰਨ ਤੋਂ ਉੱਤੇ ਸੀ ਸਾਡੀ ਪਹਿਲਾਂ ਦੇ ਦਿਨੋਂ ਸਾਡੀ ਜਿਹੜੀ ਡੈਥ ਰੇਟ ਪਿਛਲੇ ਕੋ 12 13 ਦਿਨਾਂ ਤੋਂ ਘਟ ਰਹੀ ਆ ਇੱਕ ਜਿਹੜੇ ਦਿੱਲੀ ਪੋਜ਼ਿਟਿਵ ਕੇਸਾਂ ਦੀ ਵੀ ਉਹ ਵੀ ਦਿਨੋਂ ਦਾ ਘਟਣੀ ਸ਼ੁਰੂ ਹੋ ਗਈ ਜੀ ਮੇਰਾ ਸਰ ਲਾਸਟ ਸਵਾਲ ਹੈ ਕਿ ਬਹੁਤ ਸਾਰੇ ਨਾ ਸਾਨੂੰ ਕਾਲਸ ਵੀ ਆਉਂਦੇ ਨੇ ਮੈਸੇਜ ਵੀ ਆਉਂਦੇ ਨੇ ਕਿ ਜਿੰਨਾਂ ਲੋਕਾਂ ਨੂੰ ਵੈਕਸੀਨੇਸ਼ਨ ਲਾਭ ਦਿੱਤੀ ਜਾਂਦੀ ਉਹ ਵੀ ਕਰੋਨਾ ਪੋਜ਼ਿਟਿਵ ਆ ਜਾਂਦੇ ਇਹਦਾ ਕਾਰਨ ਕੀ ਹੈ ਦੇਖੋ ਉਹਦੇ ਵਿੱਚ ਇਹ ਹੈ ਕਿ ਪਹਿਲੀ ਡੋਜ਼ ਲੱਗੀ ਆ ਉਸ ਤੋਂ ਬਾਅਦ 6 ਹਫ਼ਤੇ ਬਾਅਦ ਦੂਜੀ ਡੋਜ਼ ਲੱਗਣੀ ਆ ਉਹਦੇ ਵਿੱਚ ਪੋਜ਼ਿਟਿਵ ਦੇ ਚਾਂਸ ਚਾਹੁੰਦੇ ਨਾਲੇ ਇਹ ਵੈਕਸੀਨ ਲਗਾਣ ਦੇ باوجود ਵੀ ਇਹਦੀ ਕੋਈ ਜਰੂਰੀ ਨਹੀਂ ਕਿ ਪੋਜ਼ਿਟਿਵ ਨਾ ਸਕੇ ਇਹ ਇੰਨਾ ਜ਼ਰੂਰੀ ਹੈ ਕਿ ਜੇ ਉਹ ਪੋਜ਼ਿਟਿਵ ਦੁਆਰਾ ਹੁੰਦਾ ਹੈ ਵੈਕਸੀਨ ਲੱਗਣ ਤੋਂ ਬਾਅਦ ਤਾਂ ਉਹਦੀ ਜਿਹੜੀ ਸੀਰੀਅਸਨੈਸ ਹੈ ਉਹਨੂੰ ਬਹੁਤ ਘਟ ਜਾਂਦੀ ਹੈ ਸ਼ੁਕਰੀਆ ਸਰ ਗੱਲਬਾਤ ਥੈਂਕ ਯੂ ਜੀਹਾਂ ਲਗਾਤਾਰ ਜਿੱਦਾਂ ਤੁਸੀਂ ਸੋਸ਼ਲ ਮੀਡੀਆ ਤੇ ਦਰਸ਼ਕੋ ਦੇਖਦੇ ਹੋਵੋਗੇ ਕਿ ਹਾਂ ਬਹੁਤ ਸਾਰੇ ਰਿਯੂਮਰ ਫੈਲ ਰਹੇ ਨੇ ਕਿ ਆਕਸੀਜਨ ਦੀ ਕਮੀ ਹੈ ਪੰਜਾਬ ਦੇ ਵਿੱਚ ਹੋਰ ਹਸਪਤਾਲਾਂ ਦੇ ਹਾਲਾਤ ਨਾਜਿਕ ਹੁੰਦੇ ਜਾ ਰਹੇ ਨੇ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਿਵਲ ਸਰਜਨ ਨਾਲ ਅਸੀਂ ਗੱਲਬਾਤ ਕੀਤੀ ਹੈ ਸਿਰੇ ਤੋਂ ਨਕਾਰਿਆ ਔਰ ਇਹਨਾਂ ਨੇ ਇੱਕ ਇਹਨਾਂ ਦਾ ਇਹ ਕਹਿਣਾ ਹੈ ਕਿ ਖਾਸ ਕਰਕੇ ਜਲੰਧਰ ਦੇ ਵਿੱਚ ਪੂਰੀ ਸਮਰੱਥਾ ਹੈ ਬੈੱਡਾਂ ਦੀ ਵੀ ਸਮਰੱਥਾ ਪੂਰੀ ਹੈ ਔਰ ਆਕਸੀਜਨ ਦੀ ਵੀ ਕਿਸੇ ਵੀ ਕਿਸਮ ਦੀ ਕਾਰਨ ਨਹੀਂ ਹੈ ਇਸ ਕਰਕੇ ਜਿਹੜੇ ਖਾਸ ਤੌਰ ਤੇ ਰਿਊਮਰ ਫੈਲ ਰਹੇ ਨੇ ਉਹਨਾਂ ਤੋਂ ਖਾਸ ਤੌਰ ਤੇ ਬਚਣਾ ਚਾਹੀਦਾ ਹੈ ਔਰ ਵੱਧ ਤੋਂ ਵੱਧ ਜਿਹੜਾ ਐਤਿਹਾਤ ਵਰਕੇ ਇਸ ਕਰੋਨਾ ਮਹਾਮਾਰੀ ਤੋਂ ਸਾਨੂੰ ਵਿਚਾਰ ਰੱਖਣਾ ਚਾਹੀਦਾ ਤਾਂ ਜੋ ਕੇਸ ਜਿਹੜੇ ਹਨ ਨਾ ਵਧ ਸਕਣ ਕੈਮਰਾ ਪਰਸਨ ਪੰਮਨ ਦੇ ਨਾਲ ਮੈਂ ਅਮਨਚੰਦ ਡੈਨਿਕਸ ਵੈਰਾਟੀ ਵੀ ਜਲਾਉਂਦਾ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोर ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटे में समाधान फ्री फ्री फ्री, फ्री मियां रफीक मोहम्मद मोबाइल चौरासी तीन सौ चौहत्तर ਪੰਡਿਤ ਰਾਦੇ ਸ਼ਰਮਾ ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ ਮੁਸਲਮਾਨੀ ਰੋਹਾਨੀਅਤ ਤੇ ਕਾਲੀ ਲੰਮ ਦੇ ਬਾਦਸ਼ਾਹ ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ ਮੋੜੀ ਵਸ਼ਿਕਰਣ ਕਰਵਾਓ ਮੰਚਾਹ ਪਿਆਰ ਪਾਓ ਲੰਬ ਮੈਰਿਜ ਸਵਤਨ ਦੁਸ਼ਮਨ ਤੋਂ ਛੁਟਕਾਰਾ ਤਲਾਕੇ ਜ਼ਮੀਨੀ ਝਗੜਾ ਨੌਕਰੀ ਕਾਰੋਬਾਰ ਚ ਰੁਕਾਵਟ ਵਿਦੇਸ਼ ਯਾਤਰਾ ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ ਸੱਚਾਈ ਜਾਨੋ ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਤੁਹਾਡੀ ਹਰ ਗੱਲ 100% ਦੀ ਗੁਪਤ ਰੱਖੀ ਜਾਵੇਗੀ ਪਿਆਰ ਵਿੱਚ ਧੋਖਾ ਖ 8058558838617 ਇਹ ਤੁੰ ਬਾਤ ਸੁਣ ਸੁਣ ਵੱਜਦਾ ਏ ਵਿੱਚ ਨਾਮ ਸਾਈਆਂ ਦਾ ਗਲਦਾ ਏ ਨਾਲੇ ਸਭ ਦੇ ਦਿਲ ਨੂੰ ਠੱਗਦਾ ਏ ਸਭ ਦੇ ਦਿਲ ਨੂੰ ਠੱਗਦਾ ਏ ਜਦ ਮਿੱਠਾ